ਅਸਲਾਮ ਅਲੈਕੁਮ ਜੀ, ਕੀ ਹਾਲ ਹੈ ਸਭ ਦਾ? ਉਮੀਦ ਹੈ ਤੁਸੀਂ ਠੀਕ ਹੋਸੋ ਅਤੇ ਫਿੱਟ ਵਧੀਆ ਹੋਸੋ। ਅੱਜ ਦੀ ਵੀਡੀਓ ਸਟਾਰਟ ਕਰਨੇ ਵਾਲਾ ਪਾਕ ਬਾਬਰ ਦੇ ਨਾਮ ਤੋਂ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਜਿਹਨਾਂ ਦੋਸਤੋ ਸਾਡੇ ਚੈਨਲ ਨੂੰ ਕੀਤਾ ਸਬਸਕ੍ਰਾਈਬ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਬੈਲ ਆਈਕਨ ਦਬਾ ਦੇ ਸੋ, ਫੇਸਬੁੱਕ ਪੇਜ ਨੂੰ ਵੀ ਲਾਈਕ ਕਰ ਦੇ ਸੋ। ਅਤੇ ਅੱਜ ਦਾ ਵਲੋਗ ਕਿ ਦਹਾਈ ਬਣਾ ਇਸ ਤੋਂ ਕੋਈ ਐ 4 ਵਜੇ ਦੇ ਪੈਣ ਅਤੇ ਹੁਣ ਜਾਗਦੇ ਪੈਣ, ਕਾਫੀ ਸਟਾਵਣੀ ਬੜੀਆਂ ਨੇ ਯਾਰ ਚੌਥੀਆਂ ਵਿੱਚ। ਅਤੇ ਅੱਜ ਮੁੜ ਮੇਲੇ ਛੇਲੇ ਤੋਂ ਰਹਿਣਾ ਸ਼ਹਿਣਾ, ਅਤੇ ਮੈਂ ਫਿਲਹਾਲ ਥੋੜ੍ਹਾ ਜਿਹਾ ਫਰੈਸ਼ ਹੋਇਆ, ਅਤੇ ਬਾਇਓ ਰੱਖ ਕੇ ਕੋਈ ਜੂਸ ਤਾਂ ਗੁੜ ਪੀ ਲਈਏ ਅਤੇ ਮੋੜੀ ਇਨਸ਼ਾਅੱਲਾ ਅਗਲਾ ਸਕਸੈਸ ਕਰ ਕੇ ਫਿਲਹਾਲ ਇੱਥੇ ਦੁਕਾਨ 'ਤੇ ਪਹੁੰਚਿਆ। ਬੜੀ ਕਿਸਮਤ ਯਾਰ ਆਇਆ ਹੈ ਦੁੱਧ ਦੀ, ਕੋਈ ਨਾ ਜੂਸ ਪੀਣ ਵਾਸਤੇ ਬੋਤਲ ਸ਼ੋਤਲ ਪੀਂਦੇ ਹਾਂ ਕੋਈ ਭਾਈ ਯਾਰ ਜੋ ਫਰੈਸ਼ ਹੁੰਦੇ ਜੀ। ਅਸਲਾਮ ਅਲੈਕੁਮ ਨਾਜ਼ਰੀਨ, ਹੁਣ ਖਲੋਤੇ ਹਾਂ ਜੀ ਮੇਲੇ ਵਾਸਤੇ ਬਿਲਕੁਲ ਰੈਡੀ, ਅਤੇ ਤਿਆਰ ਸ਼ਿਆਰ ਹੋ ਲਈ ਹੈ, ਤੇਲ ਸ਼ੇਲ ਸਿਰ 'ਤੇ ਲਾ ਛੱਡਿਆ, ਅਤੇ ਹੁਣ ਬਿਲਕੁਲ ਜਾਂਦੇ ਪਏ ਹਾਂ ਜਨਾਬ, ਸਾਰੇ ਦੋਸਤ ਇੰਤਜ਼ਾਰ ਖਲੋਤੇ, ਹੁਣ ਚੱਲਣੇ ਹੈ ਮੇਲੇ 'ਤੇ। ਅਤੇ ਮੇਲੇ ਦਾ ਬਹੁਤ ਹੀ ਖੂਬਸੂਰਤ ਜਿਹਾ ਮਾਹੌਲ ਤੁਹਾਨੂੰ ਦਿਖਾਉਣੀ ਹੈ ਤੁਹਾਡੀ ਵੀਡੀਓ, ਹੁਣ ਤੂੰ ਅੱਗੇ ਸਕਿੱਪ ਨਾ ਕਰੇ ਸਭ, ਇਤਨਾ ਸਵਾਦ ਤੁਹਾਨੂੰ ਮਾਵਣ ਵਾਲਾ ਜੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਓਕੇ ਯਾ ਬਾਏ ਬਾਏ ਵਿਊਅਰਸ, ਹੁਣ ਪਹੁੰਚਿਆ ਹੈ ਬਿਲਕੁਲ ਪਾਰਕਿੰਗ ਸਟੈਂਡ ਦੇ, ਗੱਡੀ ਛੱਡੀ ਲਾਈਏ, ਅਤੇ ਹੁਣ ਇਸ ਤੋਂ ਬਾਅਦ ਤੋਂ ਅੱਗੇ ਰਹਿੰਦੇ ਪਏ ਨਾਲ ਹੀ ਤਮਾਮ ਤਰ ਮੇਲੇ ਅਤੇ ਮੇਰੀ ਜਾਮਾਤ ਤੁਹਾਨੂੰ ਦਿਖਾਉਂਦੇ ਹਾਂ, ਇਨ ਸ਼ਾ ਅੱਲਾਹ ਲੋਕ ਬੰਦੋ ਦੀ ਤੁਮੇ ਰੂਮ ਨਾ ਰੱਖ। ਲੋਕੀ ਸਾਰੇ ਸੋਡੇ ਦੇ ਬੜੇ ਕਰਦਾ ਰਿਹਾ
I'm
ਖਤਮ ਕੀ ਹੁੰਦਾ ਖਾਸ ਤੌਰ 'ਤੇ ਰਹਿਣਾ ਹੈ